ਤੁਹਾਡੇ ਬੱਚੇ ਨਹੀਂ ਦਿੰਦੇ ਕੁਛ ਦਿੰਦੇ ਆ ਦਿੰਦੇ ਕਿਉਂ ਨਹੀਂ ਆਉਂਦੇ ਤੁਹਾਡੇ ਕੋਲ ਹੋਰ ਆ ਮਰੂਗੇ ਕੱਪੜੇ ਨਹੀਂ ਨਾ ਪਾਉਗੇ ਜਾਣਾ ਚਾਹੁੰਦੇ ਜੀ ਆਪਣੇ ਘਰ ਕਿ ਨਹੀਂ ਮੈਂ ਘਰ ਕੋ ਕੋਈ ਨਹੀਂ ਜਾਣਾ ਚਾਹੁੰਦੀ ਮੁੰਡੇ ਕਿੱਥੇ ਤੇਰੇ ਪੋਤਰੇ ਕਿੱਥੇ ਆ ਆਪਣੇ ਘਰ ਹੋਣਗੇ ਤੇ ਮਾਰਾ ਤੇਰਾ ਘਰ ਕਿਹੜਾ ਵਾ ਮੇਰਾ ਘਰ ਟੁੱਟ ਗਿਆ ਉਹ ਇੱਕ ਇਹਦੇ ਬੱਚੇ ਜਿਹੜੇ ਆ ਸੌਖੇ ਘਰ ਦੇ ਹੈਗੇ ਆ ਕੋਈ ਇਹ ਨਹੀਂ ਮਾੜੇ ਮੋਟੇ ਆ ਦੋ ਦੋ ਤਿੰਨ ਤਿੰਨ ਮੰਜ਼ਿਲਾ ਬਿਲਡਿੰਗਾਂ ਪਾ ਕੇ ਬੈਠੇ ਆ ਨਹੀਂ ਪੁੱਛਦੇ ਹੁਣ ਕੀ ਕਹਿ ਸਕਦੇ ਲੋਕ ਆਪਣੀਆਂ ਕਹਿ ਸਕਦੇ ਘਰ ਵਾਲੀ ਸਾਂਭਦੇ ਆ ਬੱਚੇ ਸਾਂਭਦੇ ਆ ਇਹ ਮਾਂ ਨੂੰ ਕਿਉਂ ਨਹੀਂ ਸਾਂਭਦੇ ਜਿਹਨੇ ਜਨਮ ਦਿੱਤਾ ਵਾ ਉਹ ਜਿਹੜਾ ਜਨਾਨੀਆਂ ਆ ਜਾਂਦੀਆਂ ਫਿਰ ਉਹਨਾਂ ਦੀ ਮੰਨਣੀ ਪੈਂਦੀ ਆ ਨਾ ਫਿਰ ਇਹ ਆਪਣੀ ਮਾਂ ਨੂੰ ਤੇ ਗਾੜ ਦਿੰਦੇ ਆ ਇੱਕ ਮਿੰਟ ਕਦੀ ਇਹ ਸੋਚਿਆ ਵੀ ਕਈ ਜਨਾਨੀ ਦੀ ਮਾਂ ਕੱਢੀ ਹੋਏ ਉਹਨੂੰ ਤਾਂ ਬੜੇ ਗੋਡੀਆਂ ਸਲਾਣਾ ਕਹਿੰਦੇ ਵੀ ਸਾਡੀ ਸੱਸ ਮਾਂ ਆ ਸਾਡੀ ਸੱਸ ਮਾਂ ਆ ਜਿਹੜੀ ਅਸਲ ਮਾਂ ਆ ਉਹ ਛੁੱਟ ਦਿੰਦੇ ਰੋਡ ਵਾਸਤੇ ਆਪਣੀ ਜਨਾਨੀਆਂ ਮਗਰ ਲੱਗ ਕੇ ਆਪਣੀ ਮਾਂ ਨੂੰ ਕੱਢ ਦਿੰਦੇ ਆ ਜੋ ਸੱਸ ਆਉਂਦੀ ਬੜੇ ਗੋਡੇ ਫੜਦੇ ਆ ਕਹਿੰਦੇ ਸੱਸ ਮਾਂ ਆ ਜਿਹੜੀ ਅਸਲ ਮਾਂ ਜਿਹਨੇ ਜਨਮ ਦਿੱਤਾ ਵਾ ਉਹਨੂੰ ਤੁਸੀਂ ਧੱਕੇ ਮਾਰਦੇ ਜੇ ਹੈਂ ਦੋਨਾਂ ਨਾਲ ਤੁਹਾਡੇ ਹਜੇ ਲਾ ਦਿੰਦੇ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਮੈਂ ਇੱਕ ਵਾਰ ਫਿਰ ਤੋਂ ਹਰਜੀਤ ਗਰੇਵਾਲ ਸਵਾਗਤ ਕਰਦਾ ਹਾਂ ਪਿਛਲੀ ਦਿਨੀ ਕਹਿ ਸਕਦੇ ਵੀ ਜਿਹੜਾ ਕਿ ਮੁਕਤਸਰ ਸਾਹਿਬ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਹੜੇ ਕਿ ਇੱਕ ਬਜ਼ੁਰਗ ਮਾਤਾ ਜਿਹੜੀ ਕਿ ਖੁੱਡੇ ਵਿੱਚ ਰਹਿ ਰਹੀ ਸੀ ਅਤੇ ਹਾਲਾਤ ਇੰਨੇ ਮਾੜੇ ਹੋ ਗਏ ਸੀ ਵੀ ਵੱਧ ਤੋਂ ਬੱਤਰ ਕਹਿ ਸਕਦੇ ਹਾਂ ਅਤੇ ਜਿਹੜੇ ਉਹਦੇ ਜਿਹੜੇ ਪੁੱਤਰ ਸੀ ਜਿਹੜੇ ਕਹਿ ਸਕਦੇ ਇੱਕ ਸਿਆਸੀ ਲੀਡਰ ਅਤੇ ਇੱਕ ਜਿਹੜਾ ਕਿ ਇੱਕ ਅਫਸਰ ਸੀ ਜਿਹੜਾ ਬਹੁਤ ਹੀ ਵੱਡਾ ਅਤੇ ਅਜਿਹੀ ਇੱਕ ਵੀਡੀਓ ਹੋਰ ਸਾਹਮਣੇ ਆਈ ਆ ਅੰਮ੍ਰਿਤਸਰ ਤੋਂ ਜਿਹੜੀ ਕਿ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀਆਂ ਇੱਕ ਬਜ਼ੁਰਗ ਮਾਤਾ ਜਿਹੜੀ ਕਿ ਪਿਛਲੇ 10-15 ਸਾਲਾਂ ਤੋਂ ਇੱਕ ਦੁਕਾਨ 'ਚ ਰਹਿ ਰਹੀ ਆ ਇਹ ਵੀ ਦੁਕਾਨ ਜਿਹੜੀ ਇੱਕ ਬਹੁ ਜੀ ਸਾਹਮਣੇ ਜਿਹੜੀ ਫੈਕਟਰੀ ਆ ਉਹਨਾਂ ਦੀ ਜਿਹੜੀ ਦੁਕਾਨ ਦਿੱਤੀ ਹੋਈ ਮਾਤਾ ਰਹਿਣ ਵਾਸਤੇ ਪਰ ਹਾਲਾਤ ਇੰਨੇ ਮਾੜੇ ਆ ਮਾਤਾ ਦੇ ਕਹਿ ਸਕਦੇ ਵੀ ਰੋਟੀ ਪਾਣੀ ਤੋਂ ਵੀ ਜਿਹੜੀ ਮਾਤਾ ਆਤਰ ਆ ਅਤੇ ਕਹਿ ਸਕਦੇ ਵੀ ਜਿਹੜੇ ਇਹਦੇ ਜਿਹੜੇ ਬੱਚੇ ਨੇ ਇਹ ਚੰਗੇ ਪਰਿਵਾਰ 'ਚੋਂ ਇਹਦੇ ਜਿਹੜੇ ਬੱਚੇ ਵੀ ਹੈਗੇ ਆ ਪੋਤਰੇ ਹੈਗੇ ਦੋਤਰੇ ਵੀ ਹੈਗੇ ਸਾਰੇ ਪਰ ਕੀ ਹਾਲਾਤ ਬਣ ਗਏ ਨੇ ਸਾਡੇ ਪੰਜਾਬ ਦੇ ਵੀ ਜਿਹੜੀਆਂ ਮਾਵਾਂ ਜਨਮ ਦੇਣ ਵਾਲੀਆਂ ਨੇ ਅੱਜ ਉਹ ਜਿਹੜੀਆਂ ਸੜਕਾਂ 'ਤੇ ਰੋਲੀਆਂ ਨੇ ਕਿੱਥੇ ਕਹਿ ਸਕਦੇ ਵੀ ਸਾਡੇ ਮਾਵਾਂ ਦੇ ਜਿਹੜੇ ਦੁੱਧ ਵਿੱਚ ਜਿਹੜੀ ਆ ਉਹ ਲੱਗਦੀ ਕਮੀ ਰਹਿ ਗਈ ਆ ਕਿਉਂਕਿ ਮਾਵਾਂ ਜਿਹੜੀਆਂ ਆਪ ਗਿੱਲੇ ਦੇ ਪੈ ਕੇ ਜਿਹੜੀਆਂ ਬੱਚਿਆਂ ਨੂੰ ਸੁੱਕੇ ਦੇ ਪਾਉਂਦੀਆਂ ਨੇ ਅਤੇ ਅੱਜ ਕਿਹੜੇ ਹਾਲਾਤ ਬਣ ਗਏ ਨੇ ਕਿ ਸਾਡੀਆਂ ਜਿਹੜੀਆਂ ਮਾਵਾਂ ਵਾ ਉਹ ਕਹਿ ਸਕਦੇ ਰੂੜੀ ਦੇ ਉੱਤੇ ਜਾਂ ਸੜਕਾਂ ਦੇ ਉੱਤੇ ਜਿਹੜੀ ਰੋਲੀਆਂ ਕੀ ਹੋ ਗਿਆ ਸਾਡੀ ਜਵਾਨੀ ਨੂੰ ਕੀ ਹੋ ਗਿਆ ਸਾਡੀ ਪੰਜਾਬੀ ਨੂੰ ਅਤੇ ਸਾਡੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਥੋਂਦੇ ਜਿਹੜੇ ਵੀਰ ਗੱਲਬਾਤ ਕਰ ਲੈਣੇ ਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਭੁਪਿੰਦਰ ਸਿੰਘ ਭੁਪਿੰਦਰ ਜੀ ਇਹ ਦੱਸੋ ਮਾਤਾ ਜਿਹੜੀ ਹੈ ਬਜ਼ੁਰਗ ਮਾਤਾ ਵਾ ਕਿੰਨਾ ਚਿਰ ਹੋ ਗਿਆ ਇੱਥੇ ਜਿਹੜੀ ਰਹਿੰਦੀ ਨੂੰ ਇਹ ਘੱਟੋ ਘੱਟ ਮੇਰੇ ਹਿਸਾਬ ਨਾਲ ਕੋਈ 15-16 ਸਾਲ ਹੋ ਗਏ ਇੱਥੇ 15-16 ਸਾਲ ਹੋ ਗਏ ਅਤੇ ਮਾਤਾ ਦੇ ਪਰਿਵਾਰ 'ਚ ਕੌਣ ਕੌਣ ਹੈਗਾ ਪਤਾ ਲੱਗਾ ਕੋਈ ਅਰੇ ਲੜਕੇ ਹੈਗੇ ਆ ਲੜਕੀਆਂ ਹੈਗੀਆਂ ਪੋਤਰੇ ਆ ਪੋਤਰਿਆਂ ਦੇ ਗਾਹ ਬੱਚੇ ਹੈਗੇ ਆ ਸਾਰਾ ਹੈਗੇ ਪਰਿਵਾਰ ਕੀ ਸਮਾਂ ਕਿਹੜਾ ਕਿਸ ਤਰ੍ਹਾਂ ਦਾ ਆ ਗਿਆ ਵੀ ਦੋਤਰੇ ਹੋਣ ਪੋਤਰੇ ਹੋਣ ਮਾਤਾ ਦੇ ਬੱਚੇ ਹੋਣ ਅਤੇ ਜਿੱਥੇ ਕਿ ਮਾਤਾ ਜਿਹੜੀ ਆ ਸਾਰੇ ਬੱਚਿਆਂ ਨੂੰ ਪਰਿਵਾਰ ਨੂੰ ਪਾਲ ਸਕਦੀ ਸੀ ਅਤੇ ਉੱਥੇ ਕੀ ਗੱਲ ਇੰਨੇ ਜਿਹੜੇ ਬੱਚੇ ਆ ਜਾਂ ਉਹਨੇ ਦੋਤਰੇ ਪੋਤਰੇ ਆ ਇੱਕ ਮਾਂ ਨੂੰ ਨਹੀਂ ਪਾਲ ਸਕਦੇ ਦਾਦੀ ਮਾਂ ਨੂੰ ਨਹੀਂ ਪਾਲ ਸਕਦੇ ਆਪਣੀ ਨੂੰ ਇਹ ਆਪਣੇ ਥੋੜ੍ਹਾ ਜਿਹਾ ਦਿਮਾਗ 'ਚ ਨੁਕਸ ਹੈਗਾ ਨਾ ਕਿ ਉੱਥੇ ਰਹਿਣਾ ਨਹੀਂ ਚਾਹੁੰਦੀ ਇੱਕ ਅੱਧੀ ਵਾਰ ਲੈ ਕੇ ਵੀ ਗਏ ਉਹ ਬਾਅਦ 'ਚ ਫਿਰ ਇੱਥੇ ਛੱਡ ਜਾਂਦੇ ਜੇ ਇੱਥੇ ਹੀ ਰਹਿੰਦੀ ਹੈ ਨਹੀਂ ਵੇਖੋ ਚਲੋ ਬਿਮਾਰੀ ਆਉਣੀ ਕਹਿ ਸਕਦੇ ਕਿਸੇ 'ਤੇ ਵੀ ਆ ਸਕਦੀ ਹੈ ਸਾਡੇ 'ਤੇ ਵੀ ਆ ਸਕਦੀ ਆ ਹਰ ਇੱਕ ਚੀਜ਼ ਦਾ ਇਲਾਜ ਹੁੰਦਾ ਹੱਲ ਹੁੰਦਾ ਜੇ ਮੰਨ ਲਓ ਜੋ ਦਿਮਾਗੀ ਆ ਹਾਲਾਤ ਠੀਕ ਨਹੀਂ ਆ ਕੋਈ ਹਸਪਤਾਲ ਬਣੇ ਆ ਦਿਮਾਗਾਂ ਦੇ ਕੋਈ ਡਾਕਟਰ ਬਣੇ ਆ ਕੋਈ ਦਵਾਈ ਬਣੀ ਆ ਇਹ ਥੋੜ੍ਹੀ ਆਪਾਂ ਨੂੰ ਛੱਡ ਦਾਂਗੇ ਵੇਖੋ ਹਾਲਾਤ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਜਿਹੜੀ ਜਿਹੜੀ ਹੈ ਵੱਧ ਤੋਂ ਵੱਧ ਜਿਹੜੀ ਜ਼ਿੰਦਗੀ ਬਤੀਤ ਕਰ ਰਹੀ ਹੈ ਹੋਰ ਠੀਕ ਤੁਹਾਡੀ ਗੱਲ ਬੇਟਾ ਇਹਦੇ ਬੱਚੇ ਜਿਹੜੇ ਆ ਸੌਖੇ ਘਰ ਦੇ ਹੈਗੇ ਆ ਕੋਈ ਇਹ ਨਹੀਂ ਮਾੜੇ ਮੋਟੇ ਆ ਦੋ ਦੋ ਤਿੰਨ ਤਿੰਨ ਮੰਜ਼ਿਲਾ ਬਿਲਡਿੰਗਾਂ ਪਾ ਕੇ ਬੈਠੇ ਆ ਨਹੀਂ ਪੁੱਛਦੇ ਹੁਣ ਕੀ ਕਹਿ ਸਕਦੇ ਪਰ ਸਮਾਂ ਕਿਸ ਤਰ੍ਹਾਂ ਦਾ ਆ ਗਿਆ ਸਾਡੇ ਪੰਜਾਬ 'ਚ ਕੀ ਹੋ ਗਿਆ ਪਿਛਲੇ ਦਿਨ ਇੱਕ ਮੁਕਤਸਰ ਸਾਹਿਬ ਤੋਂ ਵੀਡੀਓ ਸਾਹਮਣੇ ਆਈ ਸੀ ਉੱਥੇ ਇੱਕ ਅਫਸਰ ਦਾ ਜਿਹੜਾ ਮਾਤਾ ਸੀ ਜਿਹੜੀ ਖੁੱਡੇ ਵਿੱਚ ਜਿਹੜੀ ਆ ਅਤੇ ਉਹ ਤੋਂ ਵੀ ਜਿਹੜੀ ਆ ਕਹਿ ਸਕਦੇ ਵੱਧ ਤੋਂ ਵੱਧ ਜਿਹੜੀ ਹੈ ਮਾਤਾ ਜ਼ਿੰਦਗੀ ਬਤੀਤ ਰਹੀ ਆ ਕੀ ਲੱਗਦਾ ਵੀ ਮਾਂ ਬਾਪ ਵੀ ਕਿਤੇ
परवरिश कि कमी रह गई है जी कि इस तरह दिंदगी जीडिया उन्होंने बतीत करनी पैदा नहीं अजक माहौल ही हो गया जो कोई बजुर्ग हों उन्होंने घरों काढ़ देंगे बाद कोई रखने तैयार नहीं हूँ या तो जिन्ना चेर तो अगला कमा के खवादा बच्चों उन्ना चेर तो रखते हैं बाद कोई नहीं रखते नहीं देखो इन्हों का जीवन साथी चलो पति इन्हों का पता नहीं हैगा कि नहीं हैगा देखो असी भी बजुर्ग होना वा ठीक है ये ना हो साडे बच्चे भी साडे जिस तरह करना कहते हैं जिस तरह करा उस तरह साडे गाड़ी आना वा जो अच्छे बच्चों ने कढ़िया तो भड़के जो बच्चे भी उन्होंने भी इस तरह सड़क से निकलना पेगा और जो कहने जो बीजा सू कटना पैना हम देखो और टाइम आते यार की मतलब उन्होंने हों की नहीं हों ये बाद पता लगेगा फिलहाल ये 15 साल तो इतें ही आ कोई रोटी दे जो कोई पैसा दे तो बस उ गुजारा कर दे बाबू जी देखो देखा भी जो ਵਿਆਹ ਹੁੰਦਾ ਵਾ ਮੀਆਂ ਬੀਬੀ ਦਾ ਆਪਸ 'ਚ ਉਸ ਤੋਂ ਬਾਅਦ ਬੱਚਿਆਂ ਵਾਸਤੇ ਅਸੀਂ ਕਿੰਨਾ ਮੰਦਰ ਗੁਰਦਿਆਂ ਜਾ ਕੇ ਨੱਕ ਗੋਡੇ ਰਗੜਦੇ ਹਾਂ ਵੀ ਸਾਡੇ ਘਰ ਬੱਚੇ ਹੋਣ ਜਿਹਦੇ ਆ ਮੁੰਡਾ ਹੋਣ ਜਿਹਦਾ ਕੀ ਲੱਗਦਾ ਵੀ ਮੁੰਡਿਆਂ ਦੀ ਜਿਹੜੀ ਮਾਵਾਂ ਵਾ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਜਿਹੜੇ ਮੁੰਡੇ ਮਾਂ ਮੰਗਦੀਆਂ ਨੇ ਵੀ ਸਾਡੀਆਂ ਮੁੰਡੇ ਹੋਣ ਜਿਹਦੇ ਕਿਸ ਤਰ੍ਹਾਂ ਜਿਹੜੀਆਂ ਸੜਕਾਂ 'ਤੇ ਰੋਲਦੀਆਂ ਰੂੜੀਆਂ 'ਤੇ ਰੋਲਦੀਆਂ ਵਾ ਅਜੇ ਇਹ ਮਾੜਾ ਹਾਲ ਆ ਜਿਹੜੇ ਬੱਚੇ ਮੰਗਦੀਆਂ ਇਹ ਗੱਲ ਸੱਚ ਹੈ ਹਾਂਜੀ ਮਾਹੌਲ ਹੀ ਇਹੋ ਜਿਹਾ ਹੋ ਗਿਆ ਜੀ ਅੱਜ ਕੱਲ੍ਹ ਤਾਂ ਮੁੰਡਿਆਂ ਨੂੰ ਕੁੜੀਆਂ ਜ਼ਿਆਦਾ ਕੇਅਰ ਕਰਦੀਆਂ ਜੀ ਪਰ ਹੁਣ ਉਹਨਾਂ ਮੇਰੇ ਖਿਆਲ ਲੜਕੀਆਂ ਵੀ ਇਹਦੀਆਂ ਦੋ ਤਿੰਨ ਹੈਗੀਆਂ ਸੀ ਅਤੇ ਉਹ ਉਹਨਾਂ ਦਾ ਹੁਣ ਪਤਾ ਹੀ ਨਹੀਂ ਕਦੀ ਆਇਆ ਹੀ ਨਹੀਂ ਕੋਈ ਨਹੀਂ ਆਇਆ ਨਹੀਂ ਤਾਂ ਪਿੱਛੇ ਜੇ ਆਏ ਸੀ ਉਹਨੇ ਇਹਦੀਆਂ ਕੁੜੀਆਂ ਆ ਗਏ ਇਹਨੂੰ ਕੱਪੜੇ ਬਦਲ ਕੁਛ ਕਰ ਪਿੱਛੇ ਜ਼ਿਆਦਾ ਇਹਦਾ ਹਾਲ ਖਰਾਬ ਸੀ ਅਤੇ ਪਰ ਹੁਣ ਉਹ ਵੀ ਨਹੀਂ ਆਉਂਦੀ ਸਾਰੇ ਲੜਕੇ ਰਾਹੀ ਤਸਵੀਰਾਂ ਤੁਹਾਨੂੰ ਦਿਖਾਈਆਂ ਅੰਮ੍ਰਿਤਸਰ ਦੇ ਪ੍ਰੀਤ ਨਗਰ ਬਟਾਰ ਰੋਡ ਦੀਆਂ ਜਿੱਥੋਂ ਦੀ ਕੀ ਹੈ ਜਿਹੜੀ ਬਜ਼ੁਰਗ ਮਾਤਾ ਜਿਹੜੀ ਕਹਿੰਦੇ ਵੀ ਇੱਥੋਂ ਜਿਹੜੇ ਲੋਕ ਨੇ ਕਹਿ ਉਹਨਾਂ ਦਾ ਕਹਿਣਾ ਵਾ ਵੀ ਇੱਥੋਂ ਜਿਹੜੇ ਬੱਚੇ ਨੇ ਮਾਤਾ ਦੇ ਬਿਲਕੁਲ ਚੰਗੇ ਕਰਦੇ ਨੇ ਵਧੀਆ 2 ਮੰਜ਼ਿਲਾਂ ਜਿਹੜੀ ਕੋਠੀ ਪਾਈ ਆ ਪਰ ਕੀ ਲੱਗਦਾ ਵੀ ਇਸ ਮਾਤਾ ਵਾਸਤੇ ਉਹਨਾਂ ਕੋਈ ਕਮਰੇ ਹੈ ਨਹੀਂ ਆ ਜੇ ਗੱਲ ਕਰੀਏ ਹਾਲਾਤ ਦੀ ਵੀ ਮਾਤਾ ਜੀ ਦਿਮਾਗੀ ਹਾਲਤ ਠੀਕ ਨਹੀਂ ਆ ਕੀ ਗੱਲ ਉਹਨਾਂ ਵਾਸਤੇ ਕੋਈ ਹਸਪਤਾਲ ਨਹੀਂ ਬਣਿਆ ਦਿਮਾਗੀ ਦਾ ਕੋਈ ਡਾਕਟਰ ਨਹੀਂ ਬਣਿਆ ਕਿਹੜੀ ਚੀਜ਼ ਦਾ ਇਲਾਜ ਹੈ ਨਹੀਂ ਆ ਰੱਬ ਨਾ ਕਰੇ ਸਾਡੇ ਬੱਚਿਆਂ ਨੂੰ ਕੁਛ ਹੋ ਗਿਆ ਜਾਂ ਸਾਡੇ ਬੱਚਿਆਂ ਨੂੰ ਇੱਦਾਂ ਹਾਲਾਤ ਆ ਗਏ ਕੀ ਗੱਲ ਅਸੀਂ ਆਪਣੇ ਬੱਚੇ ਘਰੋਂ ਕੱਢ ਦਾਂਗੇ ਕਿੱਥੇ ਕਮੀ ਰਹਿ ਗਈ ਆ ਮਾਂ ਬਾਪ ਦੇ ਕਹਿ ਸਕਦੇ ਆ ਵੀ ਪਰਵਰਿਸ਼ 'ਚ ਸਾਡੇ ਜਿਹੜੇ ਮਾਂ ਬਾਪ ਆ ਸਾਨੂੰ ਇੰਨਾ ਕੁਛ ਪਾਲਦੇ ਆ ਸਾਡੇ ਵਾਸਤੇ ਜਿੱਥੇ ਕਿ ਕਹਿ ਸਕਦੇ ਹਾਂ ਵੀ ਸਾਡੇ ਵਾਸਤੇ ਜੋ ਮੰਗਣਾ ਹੁੰਦਾ ਰੱਬ ਕੋਲ ਸਾਨੂੰ ਦਵਾ ਲੈ ਕੇ ਰੱਬ ਗਾੜੀ ਨੱਕ ਗੋਡੇ ਮੱਥੇ ਰਗੜ ਕੇ ਸਾਨੂੰ ਜਿਹੜਾ ਮੰਗਦੇ ਨੇ ਅਤੇ ਕੀ ਗੱਲ ਬੁੱਢੀ ਉਮਰੇ ਅਸੀਂ ਉਹਨਾਂ ਲੋਕਾਂ ਨੂੰ ਸੁੱਖ ਨਹੀਂ ਦੇ ਸਕਦੇ ਅਤੇ ਅੱਜ ਉਹਨਾਂ ਨੂੰ ਅਸੀਂ ਸੜਕਾਂ 'ਤੇ ਜਿਹੜਾ ਸੁੱਟ ਦਿੱਤਾ ਵਾ ਉਹਨਾਂ ਨੂੰ ਭੀਖ ਮੰਗਣ ਵਾਸਤੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਕਿੱਥੇ ਗਈ ਸਾਡੀ ਪੰਜਾਬੀਅਤ ਲਾਹਨਤਾਂ ਪੈ ਰਹੀਆਂ ਐਸੇ ਜਿਹੜੇ ਪੁੱਤ ਨੂੰ ਪੋਤਰਿਆਂ ਨੂੰ ਲੋਕ ਲਾਹਨਤਾਂ ਪਾਉਣਗੇ ਕਿਉਂਕਿ ਗਾਂ ਜਿਹੜੇ ਕਹਿ ਸਕਦੇ ਵੀ ਲੋਕ ਪੁੱਤਰ ਨਹੀਂ ਮੰਗਣਗੇ ਇਹੋ ਜਿਹਾ ਪੁੱਤਰ ਜਿਹੜੇ ਨੇ ਇਸ ਤਰ੍ਹਾਂ ਹਾਲਾਤ ਕਰਦੇ ਨੇ ਇਸ ਕਰਕੇ ਜਿਹੜੇ ਰੱਬ ਗਾਂ ਮੈਨੂੰ ਲੱਗਦਾ ਵੀ ਲੋਕਾਂ ਨੇ ਧੀਆਂ ਮੰਗਣੀ ਸ਼ੁਰੂ ਕਰ ਦੇਣੀਆਂ ਵਾ ਕੁਝ ਪੁੱਤਰਾਂ ਵਾਲੀਆਂ ਮਾਵਾਂ ਦਾ ਇਹ ਹਾਲ ਹੁੰਦੇ ਨੇ ਤੁਸੀਂ ਤਸਵੀਰਾਂ ਸਾਡੇ ਕੈਮਰੇ ਦੇਖ ਰਹੇ ਹੋ ਲਗਾਤਾਰ ਅਤੇ ਹੁਣ ਗੱਲਬਾਤ ਕਰਾਂਗੇ ਸਾਡਾ ਹੋਰ ਵੀ ਨਾਲ ਆ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਰਾਮ ਨਾਇਕ ਸਿੰਘ ਰਾਮ ਜੀ ਮਾਤਾ ਕੋ ਕਬ ਸੇ ਤੁਸੀਂ ਦੇਖ ਰਹੇ ਤਾਂ ਮੈਂ ਇਨਕੋ ਦੇਖ ਰਹਾ ਹੂੰ 10-15 ਸਾਲ ਸੇ ਦੇਖ ਰਹਾ ਹੂੰ ਹਾਂਜੀ ਅਤੇ ਇੱਥੇ ਜਿਹੜਾ ਮਾਤਾ ਰੋਟੀ ਪਾਣੀ ਕੌਣ ਦਿੰਦਾ ਵਾ ਅਤੇ ਰੱਖ ਇੱਥੇ ਦੁਕਾਨ ਕਿਹਦੀ ਹੈ ਇਹ ਦੁਕਾਨ ਸਾਡੇ ਮਾਲਿਕ ਦੀ ਹੈ ਰੋਟੀ ਪਾਣੀ ਮੁਹੱਲੇ ਵਾਲੇ ਦੇ ਦਿੱਤੇ ਅਸੀਂ ਵੀ ਰੋਟੀ ਦੇ ਦਿੰਦੇ ਹਾਂ ਚਾਹ ਪਾਣੀ ਬਗਲ ਮੈਂ ਚਾਹ ਵਾਲੀ ਹੈ ਇਹ ਦੇ ਦਿੱਤੀ ਹਾਂ ਹਾਂਜੀ ਅਤੇ ਇਹ ਮਾਤਾ ਦੇ ਜਿਹੜੇ ਆ ਬੱਚੇ ਆ ਪੋਤਰੇ ਆ ਜਾਂ ਮਾਤਾ ਦੇ ਬੇਟੇ ਆ ਕਿੱਥੇ ਰਹਿੰਦੇ ਆ ਅਤੇ ਕੀ ਕੰਮ ਕਰਦੇ ਆ ਇਹ ਇਧਰ ਹੀ ਕਹੀਂ ਰਹਿੰਦੇ ਹੈ ਪ੍ਰੀਤ ਨਗਰ ਮੈਂ ਉਨ੍ਹਾਂ ਦਾ ਘਰ ਮੈਨੇ ਨਹੀਂ ਦੇਖਿਆ ਲੇਕਿਨ ਇਧਰ ਹੀ ਰਹਿੰਦੇ ਹੈ ਠੀਕ ਠਾਕ ਹੈ ਚੰਗੇ ਖਾਂਦੇ ਪੀਂਦੇ ਘਰ ਦੇ ਗਏ ਲੇਕਿਨ ਇੱਕ ਵਾਰ ਆਏ ਤੇ ਦੁਬਾਰਾ ਮੈਂ ਉਨ੍ਹਾਂ ਕੋ ਕਦੀ ਨਹੀਂ ਦੇਖਾ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਾਫੀ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਖੀਆਂ ਔਰ ਕੰਮ ਤੇ ਬਥੇਰਾ ਚੰਗਾ ਉਹਨਾਂ ਦਾ ਨਹੀਂ 8 ਲੱਖ 10-10 ਲੱਖ ਦੀ ਤੁਸੀਂ ਗੱਡੀ ਰੱਖੀ ਹੈ ਤੇ ਕੀ ਗੱਲ ਮਾਂ ਵਾਸਤੇ ਕਮਰਾ ਵਹਿਣੀ ਆ ਨਹੀਂ ਹੋਏਗਾ ਉਹਨਾਂ ਕੋ ਹੁਣ ਇਹ ਤੇ ਬਸ ਉਹ ਆਪਣਾ ਵੇਖਦੇ ਆ ਕਿਸੇ ਦਾ ਕੋਈ ਨਹੀਂ ਵੇਖਦੇ ਜੀ ਅੱਜ ਕੱਲ ਵੇਖੋ ਜੀ ਲੋਕਾਂ ਦਾ ਕਹਿਣਾ ਵੀ 8-8-10 ਲੱਖ ਦੀ ਗੱਡੀ ਰੱਖੀਆਂ ਵਾ ਇਹਨਾਂ ਨੇ ਪਰ ਕਹਿ ਸਕਦੇ ਵੀ ਮਾਂ ਵਾਸਤੇ ਇੱਕ ਛੋਟੀ ਜੀ ਕਹਿ ਸਕਦੇ ਬਾਲਿਆਂ ਵਾਲੀ ਛੱਤ ਵੀ ਹੈਨੀ ਆ ਇੰਨੀ ਗਰਮੀ 'ਚ ਅਸੀਂ ਖੜ੍ਹੇ ਹਾਂ ਸਾਡੇ ਕੋਲ ਖੁਦ ਨਹੀਂ ਖੁੱਲਦਾ ਜਾ ਰਿਹਾ ਅਤੇ ਤੁਸੀਂ ਹਾਲਾਤ ਦੇਖੇ ਨੇ ਤਸਵੀਰਾਂ ਦੇਖੀਆਂ ਸਾਡੇ ਕੈਮਰੇ ਵਿੱਚ ਕਿਸ ਤਰ੍ਹਾਂ ਮਾਤਾ ਜਿਹੜੀ ਆ ਗਰਮੀ 'ਚ ਰਹਿ ਰਹੀ ਆ ਹਾਂਜੀ ਸਿਆਲ 'ਚ ਵੀ ਇੱਥੇ ਹੀ ਰਹਿੰਦੀ ਬਾਹਰ ਹੀ ਹਾਂਜੀ ਸਿਆਲ ਹੋਏ ਗਰਮੀ ਹੋਏ ਇਹਨੇ ਇੱਥੇ ਹੀ ਰਹਿਣਾ ਪਿੱਛੇ ਜੇ ਤੇ ਇਹਦਾ ਗਲਾ ਕੱਟ ਗਿਆ ਸੀ ਕੋਈ ਕਾਚੂ ਮਾਰ ਗਿਆ ਨਾ ਤਾਂ ਇੱਥੋਂ ਗਲਾ ਕੱਟ ਗਿਆ ਸੀ ਅਤੇ ਬਾਅਦ 'ਚ ਇਹਦੀ ਬਿਲਕੁਲ ਆਵਾਜ਼ ਹੀ ਬੰਦ ਹੋ ਗਈ ਫਿਰ ਥੋੜ੍ਹਾ ਬਹੁਤਾ ਲੋਕਾਂ ਨੇ ਦਵਾਈ ਦਵੂਈ ਕਰਾਈ ਇਲਾਜ ਕਰਾਇਆ ਫਿਰ ਜਾ ਕੇ ਥੋੜ੍ਹੇ ਬਾਅਦ ਠੀਕ ਹੋਈ ਹੈ ਨਹੀਂ ਤਾਂ ਇਹਦੀ ਆ ਜਿਹੜੀ ਇੱਥੋਂ ਨਾ ਬੋਲਦੀ ਤਾਂ ਇੱਥੋਂ ਹਵਾ ਨਿਕਲਦੀ ਸੀ ਨਾੜ ਕੱਟੀ ਹੋਈ ਗੱਲ ਵੀਰ ਜੀ ਪਿਛਲੇ ਦਿਨ ਵੀ ਇੱਕ ਮਾਤਾ ਦੀ ਵੀਡੀਓ ਆਈ ਸੀ ਮੁਕਤਸਰ ਸਾਹਿਬ ਤੋਂ ਜਿੱਥੇ ਕਿ ਮਾਤਾ ਦੇ ਦਿਮਾਗ 'ਚ ਕੀੜੇ ਪੈ ਗਏ ਸੀ ਉਹਦੇ ਵੀ ਜਿਹੜੇ ਕਹਿ ਸਕਦੇ ਚੰਗੇ ਅਫਸਰ ਮੁੰਡੇ ਸੀ ਚੰਗੇ ਲੀਡਰ ਸੀ ਕੀ ਹੋ ਗਿਆ ਸਾਡੇ ਪੰਜਾਬ ਨੂੰ ਲੋਕ ਆਪਣੀਆਂ ਕਹਿ ਸਕਦੇ ਘਰਵਾਲੀ ਸਾਂਭਦੇ ਆ ਬੱਚੇ ਸਾਂਭਦੇ ਆ ਅਤੇ ਮਾਂ ਨੂੰ ਕਿਉਂ ਨਹੀਂ ਸਾਂਭਦੇ ਜਿਹਨੇ ਜਨਮ ਦਿੱਤਾ ਵਾ ਉਹ ਜਿਹੜਾ ਜਨਾਨੀਆਂ ਆ ਜਾਂਦੀਆਂ ਫਿਰ ਉਹਨਾਂ ਦੀ ਮੰਨਣੀ ਪੈਂਦੀ ਆ ਨਾ ਫਿਰ ਇਹ ਆਪਣੀ ਮਾਂ ਨੂੰ ਤਾਂ ਗਾੜ ਦਿੰਦੇ ਆ ਨਹੀਂ ਕਦੀ ਇਹ ਇੱਕ ਮਿੰਟ ਕਦੀ ਇਹ ਸੋਚਿਆ ਵੀ ਕਦੀ ਜਨਾਨੀ ਦੀ ਮਾਂ ਕੱਢੀ ਹੋਵੇ
ਉਹਨੂੰ ਤਾਂ ਬੜੇ ਗੋਡੀਆਂ ਥਲਾਣਾ ਕਹਿੰਦੇ ਵੀ ਸਾਡੀ ਸੱਸ ਮਾਂ ਆ, ਸਾਡੀ ਸੱਸ ਮਾਂ ਆ, ਜਿਹੜੀ ਅਸਲ ਮਾਂ ਆ ਉਹ ਛੁੱਟ ਦਿੰਦੇ ਰੋਡ ਵਾਸਤੇ। ਫਿਰ ਉਹ ਘਰੋਂ ਰੋਟੀ ਵੀ ਤਾਂ ਆਪ ਖਾਣੀ ਹੈ ਕਿ ਨਹੀਂ, ਆਪ ਹੀ ਉਹਨਾਂ ਨੂੰ ਥੋੜ੍ਹੀ ਨਿਕਲਦਾ ਬਾਹਰ। ਯਾਰ ਦੁੱਧ ਲਾਉਂਦਾ ਇਹੋ ਜਿਹੇ, ਮੈਂ ਕਹਿੰਦਾ ਮੁੰਡਿਆਂ ਦੇ ਤਾਂ ਹੈ ਜਿਹੜੀਆਂ ਆਪਣੀ ਜਨਾਨੀਆਂ ਮਗਰ ਲੱਗ ਕੇ ਆਪਣੀ ਮਾਂ ਨੂੰ ਕੱਢ ਦਿੰਦੇ ਆ, ਜੋ ਸੱਸ ਆਉਂਦੀ ਬੜੇ ਗੋਡੇ ਫੜਦੇ ਆ, ਕਹਿੰਦੇ ਸੱਸ ਮਾਂ ਆ, ਜਿਹੜੀ ਅਸਲ ਮਾਂ ਜਿਹਨੇ ਜਨਮ ਦਿੱਤਾ ਵਾ ਉਹਨੂੰ ਤੁਸੀਂ ਧੱਕੇ ਮਾਰਦੇ ਜੇ, ਹੈਂ ਦੁੱਧ ਲਾਉਣ ਤੁਹਾਡੇ ਇਹੋ ਜਿਹੇ ਲਾ ਦਿੰਦੇ। ਕਿਉਂ ਕਿਉਂ ਇਹੋ ਜਿਹਾ ਮਾਹੌਲ ਬਣ ਗਿਆ ਵਾ, ਸਾਡੀ ਮਾਂ ਨਹੀਂ ਸਾਂਭੀ ਜਾਂਦੀ, ਸੇਵਾ ਕਰਨ ਦੀ ਵਾਰੀ ਆਉਂਦੀ ਜਦੋਂ ਲਾਸਟ ਉਮਰ 'ਤੇ, ਕਿਉਂ ਨਹੀਂ ਸੇਵਾ ਹੁੰਦੀ? ਇਹ ਖੂਨ ਪਾਣੀ ਹੋ ਗਿਆ ਹੁਣ, ਕੋਈ ਇੱਕ ਦੂਜੇ ਦੀ ਹੈ ਨਹੀਂ ਕਿਸੇ ਨੂੰ ਵੀ, ਆਪਣਾ ਮਾਂ ਪਿਓ ਨੂੰ ਸਾਂਭ ਕੇ ਰਹਿੰਦੇ ਨੇ। ਇੱਕ ਉਹੀ ਗੱਲ ਆਈ ਨਹੀਂ, ਕਹਾਵਤਾਂ ਬਣੀਆਂ ਵੀ ਇੱਕ ਮਾਂ ਪਿਓ 4-6 ਬੱਚਿਆਂ ਨੂੰ ਪਾਲ ਸਕਦਾ, ਪਰ 4-6 ਬੱਚੇ ਇੱਕ ਮਾਂ ਪਿਓ ਨੂੰ ਨਹੀਂ ਪਾਲ ਸਕਦੇ। ਅੱਜ ਕੱਲ੍ਹ ਇਹੀ ਮਾਹੌਲ ਹੋ ਗਿਆ। ਨਹੀਂ, ਮਾਂ ਬਾਪ 'ਚ ਕਦੀ ਮਾਂ ਬਾਪ ਬੱਚਿਆਂ 'ਚ ਵਿਤਕਰਾ ਨਹੀਂ ਕਰਦਾ, ਉਹਨਾਂ ਨੂੰ ਪੜ੍ਹਾਉਂਦਾ ਲਿਖਾਉਂਦਾ ਵਾ, ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋ ਜੇ। ਜੇ ਬੱਚਾ ਕੋਈ ਬਿਮਾਰ ਵੀ ਹੋ ਜੇ ਉਹਨੂੰ ਵੀ ਉਹਨਾਂ ਬਰਾਬਰ ਹਿੱਸਾ ਦਿੱਤਾ ਹੁੰਦਾ ਵੀ ਯਾਰ ਬੱਚਾ ਮੇਰਾ ਬਿਮਾਰ ਹੈ ਕਿੱਦਾਂ ਵਾ। ਅਤੇ ਜੋ ਲਾਸਟ ਉਮਰ ਦੇ ਹਾਲਾਤ ਹੁੰਦੇ ਆ ਮਾਤਾ ਨਾਲ, ਉਦੋਂ ਪਰਿਵਾਰ ਦਾ ਕਿਉਂ ਨਹੀਂ ਸਾਂਭਦੇ ਇਹ ਚੀਜ਼ਾਂ ਨੂੰ? ਇਹ ਹੋ ਸਕਦਾ ਉਹਨਾਂ ਦੀ ਆਪਣੀ ਮਜਬੂਰੀ ਹੋਵੇ ਕੋਈ, ਹੁਣ ਉਹਨਾਂ ਨੇ ਤਾਂ ਆਪਣੀ ਜਨਾਨੀ ਨੂੰ ਰੱਖਣਾ ਨਹੀਂ, ਬੱਚਿਆਂ ਨੂੰ ਰੱਖਣਾ, ਜਾਂ ਰਹਿਣਾ ਨਹੀਂ ਚਾਹੁੰਦੀ ਉਹਨਾਂ ਨੇ। ਉਹ ਭਾਅ ਜੀ ਮੈਂ ਰਹਿਣਾ ਨਾ ਚਾਹੁੰਦੀ ਹੋਵੇ, ਬਜ਼ੁਰਗ ਮਾਤਾ ਕਿੰਨੀ ਕਿ ਕਿਤੇ ਭਲਵਾਨ ਆ, ਫੜ ਕੇ ਬੰਦਾ ਰੱਖਦਾ ਵੀ ਨਹੀਂ ਮਾਤਾ ਬਹਿਣਾ ਰਹਿਣਾ ਯਾਰ, ਰੋਟੀ ਪਾਣੀ ਦਾ ਸੇਵਾ ਪਾਣੀ ਕਰੇ ਕਿਉਂ ਨਹੀਂ ਹੁੰਦਾ, 8-10 ਹਜ਼ਾਰ ਦਾ ਕੋਈ ਰੱਖ ਲਏ ਬੰਦਾ। ਉਹ ਅੱਜ ਕੱਲ੍ਹ ਇਹੀ ਮਾਹੌਲ ਚੱਲ ਰਿਹਾ, ਕੋਈ ਹੋਰ ਹੈ। ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਇੱਥੋਂ ਦੇ ਜਿਹੜੇ ਵਸਨੀਕ ਜਿਹੜੇ ਰਹਿਣ ਵਾਲੇ, ਜਿਹਨਾਂ ਦੱਸਿਆ ਵੀ ਇਸ ਪਰਿਵਾਰਾਂ ਕੋਲ ਲੱਖਾਂ ਦੀਆਂ ਗੱਡੀਆਂ ਨੇ, ਚੰਗੇ ਜਿਹੜੇ ਕੋਠੀਆਂ ਜਿਹੜੀਆਂ ਪਾਈਆਂ, ਪਰ ਮਾਤਾ ਵਾਸਤੇ ਜਿਹੜਾ ਲੱਗਦਾ ਕਮਰਾ ਨਹੀਂ ਰਹਿਣ ਵਾਸਤੇ ਹੈਗਾ। ਆਪਾਂ ਮਾਤਾ ਨਾਲ ਗੱਲਬਾਤ ਦੀ ਕੋਸ਼ਿਸ਼ ਕਰਦੇ ਹਾਂ। ਹਾਂ ਮਾਂ, ਕੀ ਨਾਮ ਤੇਰਾ? ਗੁਰਦੀਪ ਕੌਰ। ਵਾਹ ਜੀ ਵਾਹ, ਮਾਤਾ ਨਾਮ ਬਹੁਤ ਸੋਹਣਾ ਤੇਰਾ, ਗੁਰਦੀਪ ਕੌਰ। ਅਤੇ ਕੀ ਹਾਲਾਤ ਬਣ ਗਏ ਮਾਤਾ ਇੱਥੇ ਪਈ ਹੈ ਇੰਨੀ ਗਰਮੀ 'ਚ? ਮਾਤਾ ਤਾਂ ਗਰਮ, ਕੀ ਗੱਲ? ਕੋਈ ਨਹੀਂ ਗੱਲ, ਕਿਉਂ ਹੈ ਕਿਉਂ ਨਹੀਂ? ਮੁੰਡੇ ਕਿੱਥੇ ਤੇਰੇ, ਪੋਤਰੇ ਕਿੱਥੇ ਆ? ਆਪਣੇ ਘਰ ਹੋਣਗੇ। ਤੇ ਮਾਤਾ ਤੇਰਾ ਘਰ ਕਿਹੜਾ ਵਾ? ਮੇਰਾ ਘਰ ਟੁੱਟ ਗਿਆ ਉਹ ਇੱਕ। ਨਹੀਂ ਟੁੱਟ ਕਿਉਂ ਗਿਆ? ਤੇਰੀ ਕੋਠੀ ਪਾਈ ਮੁੰਡੇ ਕਹਿੰਦੇ ਬੜੀ ਤਗੜੀ। ਟੁੱਟ ਗਿਆ ਇੱਥੇ ਹੈਗਾ ਇਹ। ਨਹੀਂ ਚੱਲ ਤੂੰ ਮੇਰੇ ਨਾਲ ਚੱਲ ਘਰੇ, ਮੈਂ ਲੈ ਚੱਲਦਾ ਇਹਨੂੰ ਘਰੇ। ਜਾਣਾ ਮੈਂ ਨਾ? ਨਹੀਂ ਮੈਂ ਨਹੀਂ ਜਾਣਾ। ਚੱਲ ਮੈਂ ਮਾਰ ਰਹਾ ਬਣਾ ਕੇ ਤੈਨੂੰ। ਮੈਂ ਨਹੀਂ ਕਿਹਾ ਕੋਈ ਜਾਣਾ। ਨਹੀਂ ਚੱਲ ਵੇ, ਬੜੀ ਬਾਬੇ ਦੀ ਕਿਰਪਾ, ਬੜੀ ਕੋਠੀ ਆਪਣੀ ਪਾਈ ਆ। ਚੱਲ ਤੂੰ ਗਾ, ਇੱਥੇ ਗਰਮੀ 'ਚ ਪਈ ਆ, ਕਿਸ ਤਰ੍ਹਾਂ ਇੰਨੀ ਗੰਦਗੀ ਹੈ, ਰੋਟੀ ਕਿੱਥੇ ਖਾਂਦੀ ਤੂੰ? ਰੋਟੀ ਹੈਂ? ਰੋਟੀ ਨੂੰ ਦੇ ਜਾਂਦੇ ਮੁੰਡੇ। ਨਹੀਂ ਮੁੰਡੇ ਦੇ, ਇਹਦੇ ਮੁੰਡੇ ਰੱਖਦੇ ਨਹੀਂ ਆ। ਕੋਈ ਨਹੀਂ ਮੁੰਡਾ ਆਉਂਦਾ, ਕੋਈ ਨਹੀਂ ਮੁੰਡਾ ਆਉਂਦਾ ਰੋਟੀ ਦੇਣਾ। ਅਸੀਂ ਗੱਲਬਾਤ ਕੀਤੀ ਇਸ ਮਾਤਾ ਨਾਲ, ਜਿਹੜੀ ਮਾਂ ਦੇ ਨਾਲ ਅੱਜ ਵੀ ਇਹਦੇ ਮੂੰਹ ਇਹੋ ਗੱਲ ਨਿਕਲਦੀ ਆ ਵੀ ਮੇਰੇ ਬੱਚੇ ਜਿਹੜੇ ਨੇ ਉਹ ਆਉਂਦੇ ਨੇ ਜੀ, ਕਿੱਦਾਂ ਵੀ ਆ ਇਹੋ ਗੱਲ ਕਹਿੰਦੀ ਵੀ ਮੇਰਾ ਜਿਹੜਾ ਘਰ ਜਿਹੜਾ ਟੁੱਟ ਗਿਆ ਵਾ। ਪਰ ਲੱਗਦਾ ਨਹੀਂ ਹਾਲਾਤ ਸਾਡੇ ਪੰਜਾਬ ਦੇ ਜਿਹੜੇ ਆ ਉਹ ਵੱਧ ਤੋਂ ਬਦਤਰ ਹੁੰਦੇ ਜਾਂਦੇ ਨੇ, ਜਿੱਥੇ ਅਸੀਂ ਗੁਰੂਆਂ ਪੀਰਾਂ ਵਾਲੀ ਧਰਤੀ ਕਹਿੰਦੇ ਹਾਂ ਅਸੀਂ ਪੰਜਾਬ ਨੂੰ, ਅਤੇ ਕੀ ਇੱਥੋਂ ਦੇ ਹਾਲਾਤ ਬਣ ਗਏ ਨੇ। ਅਸੀਂ ਜਿਹੜੀ ਜਨਮ ਦੇਣ ਵਾਲੀ ਹੈ ਮਾਂ ਨੂੰ, ਜਿਹੜੀ ਮਾਂ 9 ਮਹੀਨੇ ਸਾਨੂੰ ਪੇਟ 'ਚ ਰੱਖਦੀ ਆ ਅਤੇ ਦਰਦ ਸਹਿੰਦੀ ਆ ਅਤੇ ਪਾਲਦੀ ਆ, ਅਤੇ ਕੀ ਗੱਲ ਅਸੀਂ ਲਾਸਟ ਵਕਤ ਜਿਹੜਾ ਉਹ ਬਜ਼ੁਰਗ ਬੁਢਾਪਾ ਹੁੰਦਾ ਅਤੇ ਉਸ ਮਾਂ ਨੂੰ ਅਸੀਂ ਨਹੀਂ ਸਾਂਭ ਸਕਦੇ, ਕਿੱਥੇ ਰੱਬ ਨੂੰ ਗਾੜੀ ਦੇਣ ਦੇਵਾਂਗੇ, ਰੱਬ ਵੀ ਸਾਨੂੰ ਲਾਂਤਾ ਪਾਊਗਾ ਸਾਡਾ, ਕਿੱਥੇ ਜਿਹੜੀਆਂ ਕੀ ਲੋਕਾਂ ਨੂੰ ਜਵਾਬ ਦੇਵਾਂਗੇ ਵੀ ਕਿੱਥੇ ਸਾਡੀ ਮਾਂ ਗਈ ਆ। ਅੱਜ ਮਾਣ ਕੁਛ ਹੋ ਜਾਂਦਾ ਦੱਸਿਆ ਤਾਂ ਭਾਈ ਸਾਹਿਬ ਨੇ ਪਿਛਲੇ ਦਿਨ ਜਿਵੇਂ ਮਾਤਾ ਨੂੰ ਕੁੱਲੋਕ ਮਾਰ ਚੱਲੇ ਸੀ, ਜਿਵੇਂ ਕੋਈ ਚਾਕੂ ਰੋਲਾ ਮਰ ਗਏ ਸੀ, ਜੇ ਮਾਤਾ ਮਰ ਜਾਂਦੀ ਤਾਂ ਫਿਰ ਕੀ ਜਵਾਬ ਦਿੰਦੇ? ਅਤੇ ਸਾਡੀ ਵੀ ਸਰਕਾਰ ਨੂੰ ਜਾਂ ਇਹੋ ਜਿਹੇ ਪ੍ਰਸ਼ਾਸਨ ਅਧਿਕਾਰੀ ਨੂੰ ਮੰਗ ਆ ਵੀ ਇਹੋ ਜਿਹੇ ਜਿਹੜੇ ਲੋਕ ਨੇ, ਜਿਹੜੇ ਬੱਚੇ ਨੇ ਜਿਹੜੇ ਨਹੀਂ ਮਾਂ ਬਾਪ ਨੂੰ ਸਾਂਭਦੇ, ਉਹਨਾਂ ਜਿਹੜੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ। ਅੰਮ੍ਰਿਤਸਰ ਤੋਂ ਪੰਜਾਬੀ ਲੋਕ ਚੈਨਲ ਲਈ ਹਰਜੀਤ ਗਰੇਵਾਲ ਦੀ ਖਾਸ ਰਿਪੋਰਟ।